आजो मेरा वीर एक बारी आजो जी सर सर हाँ जी मेरा माइक नहीं आ रहा जी देखो जेड़े इन्हां ने सानू एविडेंस दिते आ जेड़े इन्हां ने एविडेंस दिते आ लवदीप दे पूरे हाथी उहदे मुताबक उत्थे है नहीं सीगा जी सो उहनूं असीं कल डिस्चार्ज करा रहे और इस सिट बन गई है जी एस पी तेजवीर उहनूं हैड करनगे जो भी तथ्य आधार ते होगा उहदा फैसला पर अनाउंस किया गया कि जदों तक ये दोनों मंगा नूं अमली जामा नहीं पहनाया जांदा धरना जारी रहना इत्थे धरना ओह सहमति हो गई है जी लेके जा रहे हैं सारा कुछ हो गया सर उन्होंने बोले एक गल है भी कही जा रही है कि वायलेंस हुई है कोशिश की थी सीधा पुलिस ने एविडेंस नहीं मिले लेते मैं होने इतने और ज्यादा कुछ एलैबोरेट नहीं करूंगा सर कितने पुलिस मुलाजम मेरे घर है सर कितने पुलिस मुलाजम जख्मी हुए मैं हूं सारा यह देखता जी की होया सर एसपी की कितनी सेट लगी जी मैं हूं सारा क्योंकि पूरे दे तो इसी चीज सर वायलेंस बारे की कहना चाहूंगा मैं यही कह रहा जी कि हम असि सारा कुछ इथे देख के तो फिर असि सर उन्होंने बोले अभी क्या जा रहा है कि एविडेंस पहले देते मैं भाई साहब हले मेरे बारे और कुछ नहीं कहूंगा जी सो कर रिलीज कर सर वायलेंस बारे की कहोगे जी थाने दे बाहर मैं तानू भाई साहब बार बार वही गल कर रहा है ਵੀ ਹੁਣ ਇੱਥੇ ਸਾਰਾ ਫ੍ਰੀ ਹੋ ਕੇ ਅਸੀਂ ਸਾਰਾ ਕੁਝ ਦੇਖ ਰਹੇ ਵੀ ਕੀ ਹੈ ਕੀ ਗੱਲਬਾਤ ਵੀ ਹੋਈ ਹੈ ਤੁਹਾਡੀ ਸਹਿਮਤੀ ਮੈਂ ਸਹਿਮਤੀ ਜੀ ਜਿਹੜਾ ਉਹਨਾਂ ਨੇ ਲਾਤੀਫ ਦੇ ਹੱਕ 'ਚ ਆਪਦੀ ਦਿੱਤੇ ਆ ਸਬੂਤ ਦਿੱਤੇ ਆ ਉਹ ਉਹਦੇ ਮੁਤਾਬਕ ਉੱਥੇ ਮੌਕੇ ਤੇ ਨਹੀਂ ਸੀ ਉਹਨੂੰ ਸੋ ਕੱਲ੍ਹ ਡਿਸਚਾਰਜ ਕਰ ਰਹੇ ਆ ਤੇ ਪਰਚੇ ਦੇ ਰਿਗਾਰਡਿੰਗ ਪੁਲਿਸ ਨੇ ਪਹਿਲਾਂ ਵੈਰੀਫਾਈ ਨਹੀਂ ਕੀਤਾ ਪੁਲਿਸ ਕੋਲੋਂ ਪਹਿਲਾਂ ਇਹ ਜਾਂਚ ਨਹੀਂ ਸੀ ਹੋਈ ਸੀ ਉਹ ਉਸ ਸਮੇਂ ਮੌਜੂਦ ਸੀ ਸਾਰਾ ਸਾਰਾ ਕੁਝ ਕਰ ਰਹੇ ਜੀ ਪਰ ਇਨਵੈਸਟੀਗੇਸ਼ਨ ਦੇ ਵਿੱਚ ਜਦੋਂ ਕੋਈ ਸਬੂਤ ਜਿਹੜੀ ਚੀਜ਼ ਆਉਂਦੀ ਉਹ ਰਿਕਾਰਡਿੰਗਲੀ ਹੁੰਦਾ ਥੈਂਕ ਯੂ ਜ਼ਿੰਮੇਵਾਰ ਤਾਂ ਜਿਹੜੀ ਤੇਰਾ ਤਾਕਤ ਜਾਂ ਪਾਵਰ ਚ ਉਹੀ ਹੁੰਦੀ ਹੈ ਸਮਾਂ ਰਹਿੰਦੇ ਅੱਜ 8-9 ਦਿਨ ਹੋਏ ਆ ਮੁਕੱਦਮਾ ਦਰਜ ਹੋਏ ਜੇ ਸਮਾਂ ਰਹਿੰਦੇ ਪੰਜਾਬ ਦਾ ਮੁੱਖ ਮੰਤਰੀ ਕੋਈ ਟੀਮ ਬਣਾ ਕੇ ਕੋਈ ਸੈੱਟ ਬਣਾ ਕੇ ਇਹਦੀ ਪੜਤਾਲ ਕਰਾਉਂਦਾ ਕਿ ਵਾਕਈ ਇਹ ਜਿਹੜਾ ਮਸਲਾ ਸਚਾਈ ਵਿੱਚ ਕਿੰਨੇ ਕੁ ਹੈ ਜਿਹਨੇ ਪੜਤਾਲ ਹੋ ਕੇ ਜਾਂਚ ਹੋ ਕੇ ਫਿਰ ਮੁਕੱਦਮਾ ਆਪਾਂ ਯਾਰ ਚੱਕ ਕੇ ਕਿਸੇ ਬੰਦੇ ਨੂੰ ਜਿਹੜਾ ਬੰਦਾ ਲਗਾਤਾਰ ਮੈਂ ਤੁਹਾਨੂੰ ਪਹਿਲਾਂ ਹੀ ਕਹਿੰਦਾ ਕਿ ਇਹਦੀ ਜ਼ਿੰਮੇਵਾਰੀ ਜਿਹੜੀ ਹਾਕਮ ਹੁੰਦੀ ਹੈ ਧੱਕਾ ਉਹੀ ਕਰਦੀ ਹੁੰਦੀ ਹੈ ਇਹਦਾ ਪਹਿਲਾਂ ਹੀ ਜਦੋਂ 7-8 ਦਿਨ ਤੋਂ ਲੈ ਕੇ ਲਗਾਤਾਰ ਇਹ ਅਪੀਲ ਕੀਤੀ ਗਈ ਪ੍ਰਸ਼ਾਸਨ ਐਸ ਐਸ ਪੀ ਜ਼ਿਲ੍ਹੇ ਦੇ ਨੂੰ ਸਾਰੀਆਂ ਆਉਂਦੀਆਂ ਭਾਈ ਤੁਸੀਂ ਇਸ ਮਸਲੇ ਦੀ ਪੜਤਾਲ ਕਰਾਓ ਜਾਂਚ ਕਰਾਓ ਇਸ ਮਸਲੇ 'ਚ ਕੌਣ ਕੌਣ ਸ਼ਾਮਿਲ ਹੈ ਤਾਂ ਉਦੋਂ ਹੀ ਕਰਨਾ ਚਾਹੀਦਾ ਹੁਣ ਜਦੋਂ ਨਹੀਂ ਲੋਕਾਂ ਨੂੰ ਜਦੋਂ ਕੋਈ ਰਾਹ ਨਹੀਂ ਮਿਲਦਾ ਤਾਂ ਫਿਰ ਅੱਕੇ ਹੋਏ ਲੋਕ ਸੰਘਰਸ਼ਾਂ ਦੇ ਰਾਹ ਪੈਂਦੇ ਉਹਦੇ 'ਚ ਜਿਹੜਾ ਇਹ ਟਕਰਾਅ ਨਿਕਲ ਕੇ ਆਇਆ ਬਾਹਰ ਅਤੇ ਇਹ ਟਕਰਾਅ ਦੇ ਵਿੱਚ ਦੇਖੋ ਉੱਧਰ ਵੀ ਸਾਡੇ ਇੱਧਰ ਵੀ ਸਾਡੇ ਉੱਥੇ ਦਿੱਲੀ ਬੈਠਾ ਸਾਡਾ ਦੁਸ਼ਮਣ ਹੱਸਦਾ ਹੈ ਪਹਿਲਾਂ ਵੀ ਇਹੀ ਹੋਇਆ ਨਾ ਪਹਿਲਾਂ ਵੀ ਉਹਨਾਂ ਲਹਿਰਾਂ ਦੇ ਵਿੱਚ ਸਿੱਖਾਂ ਨੇ ਸਿੱਖ ਮਾਰੇ ਪੰਜਾਬੀਆਂ ਨੇ ਪੰਜਾਬੀ ਕਲਿੱਕ ਕਰੋ ਬਲਹਿਰਾਂ ਦੀ ਅੱਜ ਵੀ ਸਾਡਾ ਟਕਰਾਅ ਦਾ ਉਸਮੀ ਕਰਾਈ ਜਾਂਦੀ ਕਲਿੱਕ ਕਰ ਦੋ ਫੇਸ ਸਮਝਣ ਦੀ ਲੋੜ ਹੈ ਓਕੇ ਕਿ ਯਾਰ ਇਹ ਟਕਰਾਅ ਨਹੀਂ ਹੋਣੇ ਚਾਹੀਦੇ ਇਹ ਟਕਰਾਅ ਦੀ ਜ਼ਿੰਮੇਵਾਰ ਜਿਵੇਂ ਟਕਰਾਅ ਮੈਂ ਪਹਿਲਾਂ ਗੱਲ ਕੀਤੀ ਹੈ ਕਿ ਜੇ ਬਾਈਬਲ ਸ਼ਾਂਤਮਈ ਸੰਗਤ ਦੇ ਉੱਤੇ ਬੈਠੀ ਹੈ ਤੇ ਗੋਲੀਆਂ ਚਲਾ ਆਪਣੇ ਮਾਈਕ ਉਹ ਸਿੰਘ ਸ਼ਹੀਦ ਕਰਤੇ ਅੱਜ ਤੱਕ ਸਾਫ ਨਹੀਂ ਮਿਲਿਆ ਤਾਂ ਉਹਦੇ ਜ਼ਿੰਮੇਵਾਰ ਵੀ ਕੌਣ ਸੀ ਹੁਣ ਤੱਕ ਤੁਸੀਂ ਦੇਖਿਆ ਪਰ ਜਿਹੜਾ ਇੱਕ ਵਰਤਾਂਤ ਦਾ ਇੱਕ ਮਾਹੌਲ ਹੈ ਉਹ ਇਸ ਸਿਰ 'ਚ ਦਿੱਤਾ ਜਾਂਦਾ ਵੀ ਦੇਖੋ ਜੀ ਲੋਕਾਂ ਨੇ ਧੱਕਾ ਕੀਤਾ ਸੰਗਤ ਨੇ ਧੱਕਾ ਕੀਤਾ ਪਰ ਸਮਾਂ ਰਹਿੰਦੇ ਤੁਸੀਂ ਕਿਉਂ ਨਹੀਂ ਸੋਚਿਆ ਭਾਈ ਤੁਹਾਨੂੰ 8 ਦਿਨ ਹੋ ਗਏ ਅਪੀਲ ਕਰਦੇ ਨੇ ਭਾਈ ਪੜਤਾਲ ਕਰਾਓ ਮਸਲੇ ਦੀ ਪੜਤਾਲ ਕਰਾਓ ਤੱਥ ਸਬੂਤ ਪ੍ਰਸ਼ਾਸਨ ਕੱਢ ਕੇ ਲਿਆਉਂਦਾ ਸਾਹਮਣੇ ਵੀ ਭਾਈ ਆਹ ਸਬੂਤ ਆ ਸਾਡੇ ਕੋਲ ਵੀ ਆਹ ਦੇਖੋ ਇਹ ਇਹਨਾਂ ਬੰਦਿਆਂ ਨੇ ਆਹ ਜਿਹੜਾ ਇਹ ਘਟਨਾ ਨੂੰ ਅੰਜਾਮ ਅਤੇ ਬਿਨਾਂ ਗੱਲ ਤੱਕ ਬੰਦੇ ਨੇ ਬਿਆਨ ਲਿਖਾਇਆ ਆ ਕੇ ਜਾ ਕੇ ਮੁਕੱਦਮਾ ਦਰਜ ਕਰਕੇ ਅਤੇ ਬੰਦੇ ਅੰਦਰ ਆਪਾਂ ਹੁਣ ਅੱਜ ਤੁਸੀਂ ਵੀ ਪਹੁੰਚੇ ਹੋ ਕਿ ਮੈਂ ਚੜਾਈ ਸਾਹਿਬ ਨੂੰ ਮਿਲਾ ਕੇ ਚਲੋ ਅੱਗੇ ਜਾਣ ਦਿਓ ਨਾ ਮੈਂ ਇਕੱਲਾ ਕਿਉਂ ਪੰਜਾਬ ਦੇ ਹਰ ਪੰਜਾਬੀ ਨੂੰ
ਜਿਹੜਾ ਦਰਦ ਰੱਖਦਾ ਆਪਣੀ ਪੰਜਾਬੀਅਤ ਦਾ ਆਪਣੀ ਕੌਮ ਦਾ ਜਿਹੜਾ ਦਰਦ ਰੱਖਦਾ ਜਿਹਨੂੰ ਸਮਝ ਆਇਆ ਕਿ ਨਹੀਂ ਯਾਰ ਜੇ ਇਸ ਤਰ੍ਹਾਂ ਧੱਕਾ ਹੋਣ ਲੱਗ ਗਿਆ ਤਾਂ ਫਿਰ ਮੈਨੂੰ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਵੀ ਬੰਦਾ ਇੱਥੇ ਬੋਲਣ ਵਾਲਾ ਪ੍ਰਚਾਰ ਕਰਨ ਵਾਲਾ ਆਪਣੇ ਹੱਕਾਂ ਪ੍ਰਤੀ ਲੋਕਾਂ ਨੂੰ ਜਗਾਉਣ ਵਾਲਾ ਰਹਿਣਾ ਨਹੀਂ। ਆਮ ਤੌਰ 'ਤੇ ਕੱਲ੍ਹ ਦੀ ਗੱਲ, ਕੱਲ੍ਹ NIA ਨੇ ਛਾਪੇ ਮਾਰੇ ਆ। ਅੱਛਾ ਹਫ਼ਤਾ ਨਹੀਂ ਪੈਂਦਾ ਪੰਜਾਬ 'ਚ ਇੰਨਾ ਇਹਦੇ ਛਾਪੇ ਪੈਂਦੇ ਆ, ਕਈ ਜ਼ਿਲ੍ਹਿਆਂ ਦੇ ਵਿੱਚ ਮੁੰਡਿਆਂ ਨੂੰ ਫੜ ਫੜ ਕੇ ਅੰਦਰ ਦੇ ਰਹੇ ਨੇ। ਇਹ ਤਾਂ ਜਮੇ ਤੱਕ ਹੈ, ਕੋਈ ਧਿਰ ਵੀ ਨਹੀਂ ਬੋਲ ਰਹੀ, ਨਾ ਸਰਕਾਰ ਬੋਲ ਰਹੀ ਹੈ, ਨਾ ਕੋਈ ਉਹ ਧਿਰਾਂ ਜਿਹੜੀਆਂ ਕੇਂਦਰ ਧਿਰਾਂ ਨੇ। ਭਾਈ ਇਹ ਧੱਕਾ ਹੋ ਗਿਆ ਪੰਜਾਬ ਦਾ, ਪੰਜਾਬ ਦੇ ਅੰਦਰ NIA ਦੇ ਛਾਪੇ, ਡਰ ਦਾ ਮਾਹੌਲ ਪੈਦਾ ਕੀਤਾ ਜਾ ਰਿਹਾ। ਇਹ ਜਿਹੜੀ ਲਗਾਤਾਰ ਪੰਜਾਬ ਦੇ ਉੱਤੇ ਹੋ ਰਿਹਾ, ਐਡਾ ਤੁਸੀਂ ਸਾਰੇ ਇੱਥੇ ਰਹਿੰਦੇ ਹੋ, ਮੈਂ ਵੀ ਰਹਿੰਦਾ, ਐਡਾ ਪੰਜਾਬ ਦੇ ਅੰਦਰ ਕਿਹੜਾ ਮਾਹੌਲ ਖਰਾਬ ਹੈ ਜੀ, ਵੀ ਜਿਹਨੂੰ ਲੈ ਕੇ NIA ਹੋਰ ਚੌਥੇ ਪੰਜ ਮਹੀਨੇ ਅਸੀਂ ਆ ਕੇ ਛਾਪੇ ਮਾਰਦੇ ਅਤੇ ਮੁੰਡਿਆਂ ਨੂੰ ਫੜ ਫੜ ਲਿਜਾ ਰਹੇ ਨੇ, ਜਿਹੜੇ ਪੰਜਾਬ ਨੂੰ ਦਬਾ ਕੇ ਰੱਖਣਾ ਵੀ ਪੰਜਾਬੀ ਆਪਦੇ ਹੱਕਾਂ ਦੀ ਗੱਲ ਨਾ ਕਰਨ, ਸਾਫ਼ ਦੀ ਗੱਲ ਨਾ ਕਰਨ, ਇਹਨਾਂ ਦੇ ਅੰਦਰ ਡਰ ਪੈਦਾ ਕਰ ਦਿਓ, ਚੁੱਪ ਕਰਕੇ ਘਰਾਂ 'ਚ ਵੜੇ। ਪਰ ਇਹ ਪੰਜਾਬੀ ਉਸ ਮਿੱਟੀ ਦੇ ਜਾਏ ਨੇ, ਉਹ ਖੂਨ ਹੈ ਇਹਨਾਂ ਦੇ ਅੰਦਰ, ਇਹ ਡਰ ਕੇ ਘਰਾਂ 'ਚ ਬੈਠਣ ਵਾਲੇ ਚੁੱਪ ਰਹਿਣ ਵਾਲੇ ਹੈ ਨਹੀਂ। ਪਹਿਲਾਂ ਬਥੇਰੇ ਇੱਥੇ ਚੜ੍ਹ ਚੜ੍ਹ ਕੇ ਆਏ, ਬਥੇਰਾ ਸਾਡਾ ਕਤਲੇਆਮ ਕੀਤਾ, ਸਾਨੂੰ ਮਾਰਿਆ ਕੁੱਟਿਆ, ਪਰ ਪੰਜਾਬੀ ਜਾਂ ਸਿੱਖ ਮੈਂ ਕਹੂੰਗਾ ਕਿ ਆਪਣੇ ਹੱਕਾਂ ਲਈ ਹਮੇਸ਼ਾ ਜੂਝਦੇ ਆਏ ਆ, ਅਤੇ ਪੰਜਾਬੀ ਸਿੱਖ ਆਪਣੇ ਹੱਕਾਂ ਲਈ ਜੂਝਦੇ ਆ।